ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਜਿਹੜੇ ਵੀਰ ਆਪਣੀ ਇਹ ਵੀਡੀਓ ਫੇਸਬੁੱਕ ਪੇਜ 'ਤੇ ਦੇਖ ਰਹੇ ਆ, ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ, ਅਤੇ ਜਿਹੜੇ ਵੀਰ ਆਪਣੇ ਯੂਟਿਊਬ ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲ 'ਤੇ ਸੈੱਟ ਕਰ ਲਿਓ, ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅੱਜ ਕਿਸਾਨ ਵੀਰੋ, ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ, ਸੈਕਿੰਡ ਵੀਡੀਓ ਆਪਣੀ, ਦੂਜੀ ਵੀਡੀਓ ਇਸ ਘਰ ਤੋਂ, ਪਿੰਡ ਘੜਕਾ ਹੈਗਾ, ਚੰਬਾ ਬਿਲਕੁਲ ਨਜ਼ਦੀਕ ਹੈਗਾ, ਪੱਖੂਪੁਰਾ ਚੋਲਾ ਸਾਹਿਬ ਬਿਲਕੁਲ ਨਜ਼ਦੀਕ ਲੱਗਦੇ ਪਿੰਡ ਆ, ਅਤੇ ਖਾਸ ਵਿਜ਼ਿਟ ਤੁਸੀਂ ਹੈ ਜਿਹੜੀ ਪਿੰਡ ਘੜਕਾ ਕਰਨੀ ਹੈ ਦੋਸਤੋ, ਅਤੇ ਵੀਰ ਦੇ ਨਾਲ ਗੱਲਬਾਤ ਕਰਕੇ ਪੂਰੀ ਆਪਣੀ ਇਨਫੋਰਮੇਸ਼ਨ ਆ ਇਹਨਾਂ ਪਸ਼ੂਆਂ ਦੇ ਸੰਬੰਧ ਦੇ ਵਿੱਚ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ ਹੈਗਾ, ਠੀਕ ਹੈ ਜੀ। ਚੋਲਾ ਸਾਹਿਬ ਬਿਲਕੁਲ ਨਜ਼ਦੀਕ ਆ, ਇਹ ਬਿਲਕੁਲ ਧਿਆਨ ਦੇ ਵਿੱਚ ਰੱਖ ਸਕਦੇ ਹੋ, ਤੁਸੀਂ ਮੈਪ 'ਤੇ ਲੋਕੇਸ਼ਨ ਲਾ ਸਕਦੇ ਹੋ, ਚੋਲਾ ਸਾਹਿਬ ਦੀ ਲਾ ਸਕਦੇ ਹੋ, ਅੱਗੇ ਬਿਲਕੁਲ ਵੀਰ ਹੋਣਾ ਦਾ ਜਿਹੜਾ ਟਿਕਾਣਾ ਹੈਗਾ। ਅਤੇ ਅੱਜ ਦੀ ਵੀਡੀਓ ਜਿਹੜੀ ਦੋਸਤੋ ਆਪਾਂ 21 ਫਰਵਰੀ ਨੂੰ ਬਣਾ ਰਹੇ ਹਾਂ, ਤਾਂ ਸਮਾਂ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ, 11 ਵਜੇ ਦਾ ਜਿਹੜਾ ਦੋਸਤੋ ਸਮਾਂ ਹੈਗਾ, ਮੋਰਨਿੰਗ ਟਾਈਮ 11 ਵਜੇ ਦਾ ਸਮਾਂ ਹੈ। ਅਤੇ ਐਨੀਮਲ ਜਿਹੜੇ ਆ ਤੁਹਾਨੂੰ ਆਪਾਂ ਘੱਟੋ ਘੱਟ ਵੀ 4 ਵੈੜਾਂ ਦਿਖਾਉਣੀਆਂ ਨੇ, ਹੌਲੇ ਭਾਅ ਦੀਆਂ ਵੀ ਹੋਣਗੀਆਂ, ਕੁਝ ਕੁ ਅੱਧ ਪਜਾਦ ਵਾਲੀਆਂ ਵੀ ਹੋਣਗੀਆਂ, ਘੱਟੋ ਘੱਟ ਵੀ ਕਹਿ ਲਈਏ ਵੀ ਚੰਗੀ ਮਿਲਕਿੰਗ ਵਾਲੀਆਂ ਵੈੜਾਂ ਹੋਣਗੀਆਂ, ਕੁਝ ਕੁ ਹੌਲੇ ਭਾਅ ਹੌਲੇ ਰੇਟਾਂ ਦੀਆਂ ਜਿਹੜੀਆਂ ਵੈੜਾਂ ਹੋਣਗੀਆਂ। ਇੱਕ ਤੁਹਾਨੂੰ ਮੱਝ ਦਿਖਾਵਾਂਗੇ ਦੋਸਤੋ, ਨੀਰੀ ਰਾਵੀ ਦੇ ਵਿੱਚ ਪੈਂਦੀ ਆ, ਅਤੇ ਇੱਕ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਿਹੜਾ ਮਾਲੀ ਵਿਖਾਵਾਂਗੇ, ਠੀਕ ਹੈ ਜੀ, ਮੋਹਰਾ ਦਾ ਮਾਲੀ ਆ। ਅਤੇ ਜੇ ਕਿਸੇ ਵੀਰ ਨੇ ਕਿ ਖਾਸ ਤੌਰ 'ਤੇ ਪਸ਼ੂਆਂ ਦੇ ਵਿੱਚ ਮਾਲੀ ਨੂੰ ਰੱਖਣਾ, ਠੀਕ ਹੈ ਜੀ, ਬਾਕੀ ਪ੍ਰੋਪਰ ਗੱਲਬਾਤ ਆਪਾਂ ਵੀਰ ਦੇ ਨਾਲ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਲੈਂਦੇ ਹਾਂ। ਆ ਜਾਓ ਚੱਲਦੇ ਹਾਂ ਬਥੇਰੇ ਡਿਟੇਲ ਦੇ ਲਈ। ਸਭ ਤੋਂ ਪਹਿਲਾਂ ਵੀਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਜੋ? ਬਹੁਤ ਵਧੀਆ ਵੀਰ ਜੀ, ਹੋਰ ਤੁਸੀਂ ਸੁਣਾਓ? ਬਸ ਚੜ੍ਹਦੀ ਕਲਾ ਦੇ। ਠੀਕ ਆ। ਅਤੇ ਇੱਕ ਵੀਰ ਜੀ, ਆਪਣੇ ਭੈਣ ਭਰਾ ਜਿਹੜੇ ਨਵੇਂ ਆਪਣੇ ਨਾਲ ਜੁੜੇ, ਉਹਨਾਂ ਨੂੰ ਆਪਣਾ ਨਾਮ ਜ਼ਰੂਰ ਦੱਸ ਦਿਓ ਜੀ। ਨਾਮ ਮੇਰਾ ਅੰਮ੍ਰਿਤਪਾਲ ਸਿੰਘ ਆ, ਪਿੰਡ ਘੜਕਾ, ਤਹਿਸੀਲ ਤਰਨ ਤਾਰਨ ਅਤੇ ਜ਼ਿਲ੍ਹਾ ਤਰਨ ਤਾਰਨ ਆਪਣਾ। ਬਿਲਕੁਲ ਹਾਂਜੀ। ਅਤੇ ਅੰਮ੍ਰਿਤ ਬਾਈ, ਅੱਜ ਪਸ਼ੂ ਘੱਟੋ ਘੱਟ 4 ਵੈੜਾਂ ਅਤੇ 1 ਮੱਝ ਅਤੇ 1 ਮਾਲੀ ਆ। ਹਾਂਜੀ ਹਾਂਜੀ, ਠੀਕ ਆ ਜੀ। ਹਾਂਜੀ ਹਾਂਜੀ। ਅਤੇ ਆਪਾਂ ਪੂਰੀ ਇਨਫੋਰਮੇਸ਼ਨ ਦੇਣੀ ਆਪਣੇ ਵੀਰਾਂ ਨਾਲ, ਸਾਂਝੀ ਕਰਨੀ ਆ। ਹਾਂਜੀ। ਅਤੇ ਜੋ ਕੁਛ ਵੀ ਥੱਲੇ ਹੈਗਾ, ਹਾਂਜੀ ਅਤੇ ਤਿੱਪ ਕੇ ਤੁਸੀਂ ਲੈ ਕੇ ਆਉਂਦਾ ਜਿਹੜਾ ਪਸ਼ੂ, ਖਾਸ ਤੌਰ 'ਤੇ ਕਿੱਦਾਂ ਦਾ ਤਿੱਪਣ ਆਇਆ, ਕਿਵੇਂ ਪਾਸ ਆ, ਕਿਵੇਂ, ਉਹ ਪੂਰੀ ਪ੍ਰੋਪਰ ਇਨਫੋਰਮੇਸ਼ਨ ਆਪਾਂ ਦੇਣੀ ਆ, ਠੀਕ ਆ ਜੀ। ਪਹਿਲੇ ਨੰਬਰ 'ਤੇ ਆਪਾਂ ਵੀਰ ਜੀ ਸ਼ੁਰੂਆਤ ਕਰ ਲੈਂਦੇ ਆ, ਜੋ ਝੋਟੀ ਤੋਂ ਕਰ ਲੈਂਦੇ ਹਾਂ, ਠੀਕ ਆ ਜੀ। ਅਤੇ ਕਰੀਏ ਆਪਾਂ ਇਨਫੋਰਮੇਸ਼ਨ ਪੂਰੀ ਸਾਂਝੀ ਵੀਰਾਂ ਦੇ ਨਾਲ। ਹਾਂਜੀ। ਅਤੇ ਕਿਨਮਾ ਸੂਆ ਵੀਰ ਜੀ, ਇਹ ਸੂਣ ਦੇ ਵਿੱਚ ਅੱਗੇ ਤਿਆਰੀ ਆ, ਤੀਸਰੇ ਲਈ ਆ ਵੀਰ ਜੀ, ਤੀਜਾ ਸੂਆ ਸੋਹਣਾ। ਹਾਂਜੀ ਹਾਂਜੀ। ਅਤੇ ਮਤਲਬ ਕਿ ਥੋੜ੍ਹੇ ਮਾਰਕਿੰਗ ਜਿਵੇਂ ਵੇਖੀਏ ਤਾਂ ਥੋੜ੍ਹਾ ਨੀਲੀ ਰਾਵੀ ਦਾ ਪੱਖਾ ਇਹਨਾਂ ਨੀਲੀ ਰਾਵੀ ਦੇ ਵਿੱਚ ਆਪਾਂ ਕਹਿ ਸਕਦੇ, ਬਾਕੀ ਨਿਸ਼ਾਨੀਆਂ ਸਾਰੀਆਂ ਸਿਰਫ ਅੱਖਾਂ ਨਹੀਂ ਆਈਆਂ। ਹਾਂ, ਅੱਖ ਇੱਕ ਦੇ ਵਿੱਚ ਆ, ਜਵਾਬ ਆ ਅਤੇ 1 ਬਕਾਲੀ ਆ। ਹਾਂਜੀ ਹਾਂਜੀ, ਠੀਕ ਆ। ਅਤੇ ਪਿੱਠ ਪੁੱਠੇ ਦੇ ਤੁਸੀਂ ਜਿਹੜੇ ਦੱਸੋ, ਹਾਂ ਪਿੱਠ ਪੁੱਠੇ ਦਾ ਵੇਖੋਗੇ, ਝੋਟੀ ਚੰਗੀ ਆ, ਕੱਦ ਕਾਠੀ ਸੋਹਣਾ, ਠੀਕ ਆ, ਅਤੇ ਸਿੰਗਲ ਹੱਡੀ ਦੀ ਆ, ਬਾਕੀ ਦਿਨ ਹਜੇ ਲੈ ਜਾਊਗਾ। ਦਿਨ ਵੈਸੇ ਕਿੰਨੇ ਕੁ ਲੈ ਕੇ ਜਾਊਗੀ ਜੀ, ਕਿੰਨੇ ਕੁ ਦਿਨ ਲੈ ਜਾਊਗਾ? ਦਿਨ ਵੀਰ ਜੀ, ਛਿਆ ਮਹੀਨੇ ਦੀ ਗੱਭਣਾ ਤੇ 7ਵਾਂ ਲੱਗ ਜਾਣਾ। ਅੱਛਾ ਜੀ, ਦੇਸੀ ਮਹੀਨੇ, ਮਤਲਬ ਕਿ ਕਹਿੰਦੇ ਗੱਭਣਾ ਤੋਕੜ ਫਿਰ ਦੁੱਧ ਤੋਂ ਮਿਲਦੀ, ਦੁੱਧੋਂ ਡਰਾਈ, ਦੁੱਧੋਂ ਡਰਾਈ ਆ। ਹਾਂਜੀ। ਕੱਲੀ ਮਤਲਬ ਕਿ 7ਵਾਂ ਮਹੀਨਾ ਲੱਗਣ ਜਾ ਰਿਹਾ ਕਿ ਲੱਗਾ ਚੱਲਣ ਡਿਆ 7ਵਾਂ ਮਹੀਨਾ ਜੀ? ਲੱਗ ਜਾਣਾ ਇਹਨੂੰ ਦੁੱਧ। ਕਿੰਨੀ ਤਰੀਕ ਨੂੰ? ਤੇ ਮਤਲਬ ਦੇਸੀ ਮਹੀਨੇ ਦੇ 10ਵੇਂ ਦੇ ਲੱਗਣਾ। ਅੱਛਾ ਜੀ, ਠੀਕ ਆ, 7ਵਾਂ ਮਹੀਨਾ ਸਟਾਰਟ ਹੋ ਜਾਣਾ। ਹਾਂਜੀ ਹਾਂਜੀ, ਠੀਕ ਆ। ਬਾਕੀ ਜਿਹੜਾ ਦੋਸਤੋ ਤੋਕੜ ਆਪਾਂ ਕਹਾਂਗੇ ਗੱਭਣਾ, ਠੀਕ ਆ, ਤੋਕੜ ਨਹੀਂ ਗੀ, ਵੀ ਦੁੱਧੋਂ ਡਰਾਈ ਆ, ਠੀਕ ਆ, ਡਰਾਈ ਪੀਰੀਅਡ ਦੇ ਵਿੱਚ ਆ, ਅਤੇ ਦੁੱਧੋਂ ਡਰਾਈ ਹੈ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ। ਬਾਕੀ ਆਹ ਥਣ ਜੇ, ਠੀਕ ਆ, ਆਹ ਥਣ ਦੀ ਕੁਆਲਿਟੀ ਆ ਅੱਜ ਦੇ ਸਮੇਂ, ਅਤੇ ਹਜੇ ਦਿਨ ਵੇਖੀਏ ਤਾਂ ਘੱਟੋ ਘੱਟ ਵੀ 3.5 ਮਹੀਨੇ ਤੋਂ ਉੱਪਰ ਹੀ ਸਮਾਂ ਪਿਆ, 4 ਮਹੀਨੇ ਦੇ ਲੱਗੇ ਤੱਕ ਸਮਾਂ ਜਿਹੜਾ ਆਪਾਂ ਕਾਊਂਟ ਕਰ ਸਕਦੇ ਹਾਂ। ਬਾਕੀ ਫੇਸ ਦੀ ਕੁਆਲਿਟੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਆ, ਠੀਕ ਆ, ਆਹ ਕਰੋ ਨੋਟ ਜੀ, ਠੀਕ ਆ। ਬਿਲਕੁਲ ਜਿਹੜੀ ਆ ਦੋਸਤੋ, ਸਿੰਘਾਂ ਸੁੰਘਾਂ ਦੀ ਬਣਤਰ ਚੰਗੀ ਆ, ਮੱਥਾ ਬੱਲਾ,
ਤੇ ਇੱਕ ਅੱਖ ਦੇ ਵਿੱਚ ਇੱਕ ਅੱਖ ਬਲੈਕ ਆ ਤੇ ਇੱਕ ਬਿੱਲੀ ਅੱਖ, ਠੀਕ ਆ। ਬੱਗੀ ਨਾਸ, ਨਾਸ ਦੇ ਉੱਪਰ ਵੀ ਜਿਹੜਾ ਦਾਗ ਹੈਗਾ, ਮਾਰਕਿੰਗ ਜੇ ਪੈਰਾਂ ਦੀ ਗੱਲ ਕਰੀਏ ਤਾਂ ਪੈਰੇ ਚਾਰ ਜਿਹੜੇ ਧੋਤੇ ਆ, ਠੀਕ ਆ। ਤੇ ਅਮਰਤ ਭਾਈ ਕਿੰਨੇ ਦੀ ਲੈਦੇ ਹੈਗਾ ਮੁੱਲ? ਕਿੰਨਾ ਮੁੱਲ ਵੀਰ ਜੀ ਇਹਦਾ? ਆਪਣਾ 60 ਕਰੀਏ, 55 ਕਰੀਏ, 52,000 ਦੇ ਦੇਣੀ। 52 ਦੀ? ਹਾਂਜੀ ਠੀਕ ਆ। ਹਾਂਜੀ ਉਹ ਵੀ ਅੱਜ ਤਾਂ ਆਪਾਂ ਕਹਿ ਸਕਦੇ ਵੀ ਅੱਜ ਮੌਕੇ ਦਾ ਰੇਟ ਆ, ਮੌਕੇ ਦਾ ਰੇਟ ਜੇ ਤਿਆਰ ਹੋ ਗਈ ਫਿਰ ਝੋਟੀ 80-85,000 ਦੀ। ਉਹ ਤਾਂ ਫਿਰ ਪਤਾ ਹੀ ਆ ਜੀ, ਹਨਾ, ਬਿਲਕੁਲ ਤਿਆਰੀ ਦੇ ਵਿੱਚ। ਤੇ ਦਿਖਾਈਏ ਇਹਨੂੰ ਵੀਰਾਂ ਨੂੰ ਖੋਲ ਕੇ ਜੀ। ਬਾਕੀ ਝੋਟੀ ਸੁਥਰੀ ਆ ਦੋਸਤੋ, ਸਾਫ਼ ਆ। ਤੇ ਤਿੱਪਣ ਤੁੱਪਣ ਵੀਰ ਬਿਲਕੁਲ ਵਧੀਆ ਸੀਗੀ ਉਹ ਤਾਂ। ਵੈਸੇ ਡਰਾਈ ਕੀਤੀ ਨੂੰ ਪਤਾ ਕਿੰਨਾ ਸਮਾਂ ਹੋ ਗਿਆ ਵੈਸੇ? 4-5 ਦਿਨ ਹੋ ਗਏ ਛੱਡੀ ਨੂੰ। ਤੇ ਫਿਰ ਤਾਂ ਚੰਗੀ ਤਰ੍ਹਾਂ ਪਾਸ ਹੋ ਗਈ ਨੀ ਦੁੱਧ ਦੇ ਵਿੱਚ, ਦੁੱਧ ਦੇ ਵਿੱਚ ਹੀ ਪਾਸ ਹੋ ਗਈ ਨੀ, ਠੀਕ ਆ। ਬਾਕੀ ਝੋਟੀ ਤੁਸੀਂ ਵੇਖ ਕੇ ਚੈੱਕ ਕਰੋ ਜੀ, ਤੀਜਾ ਸੂਹਾ ਸੋਨਾ, ਠੀਕ ਆ। ਅੱਗੇ ਠੀਕ ਆ, ਠੰਡੀ ਧੀਰੀ ਬਹੁਤ ਜ਼ਿਆਦਾ, ਠੀਕ ਆ ਜੀ। ਤੇ ਦੁੱਧ ਕੋਈ ਅੱਗੋਂ ਆਪਾਂ ਕੀਤਾ ਸੀ ਮਾਲਕਾਂ ਤੋਂ ਪਤਾ ਜਿੱਥੇ ਸੀ ਵੀ ਪੀਕ ਲੈਵਲ ਕਿੰਨਾ ਕੁ ਸੀ, ਦੁੱਧ ਕਿੰਨਾ ਚਵਾਉਂਦੀ ਰਹੀ ਹੈ? ਵੀਰ ਜੀ 12-13 ਕਿਲੋ ਨਾਰਮਲ ਦਊਗੀ ਨਾ? 12-13 ਕਿਲੋ, ਹਾਂਜੀ ਹਾਂਜੀ। ਨਸਲ ਹੈਗੀ ਸਾਰੀ ਪ੍ਰੂਵੀਆਂ ਨਿਸ਼ਾਨੀਆਂ, ਬਿਲਕੁਲ ਵੀਰ, ਹਾਂਜੀ ਠੀਕ ਆ। ਤੇ ਬਾਕੀ ਮੱਝ ਚੰਗੀ ਹੈ ਦੋਸਤੋ, ਦਿਖਾਈਏ ਤੋਰ ਕੇ ਮੜਾ ਜੀ, ਠੀਕ ਆ। ਬਾਕੀ ਦੁੱਧ ਹੁਣ ਡਰਾਈ ਹੈ, ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ। 7ਵਾਂ ਮਹੀਨਾ ਬਸ ਅੱਗੇ, ਮਤਲਬ ਕਿ ਬਿਲਕੁਲ ਲੱਗਣ ਦੇ ਵਿੱਚ ਰੈਡੀ ਆ, 7 ਕੁ ਮਹੀਨੇ ਲੱਗਣ ਦੇ ਵਿੱਚ। ਬਾਕੀ 3 ਤੋਂ ਸਾਢੇ 3 ਮਹੀਨੇ ਤੁਸੀਂ ਮੰਨ ਸਕਦੇ ਹੋ ਕਿ ਸੂਣ ਦੇ ਵਿੱਚ ਪਏ ਨੇ ਹਜੇ। ਤੇ ਹਾਂ ਨਾ ਜਿਹੜੀ 52,000 ਦੀ ਆ, ਹਾਂਜੀ ਹਾਂਜੀ, ਇਹ ਸ਼ੋਰਟ ਹੀ ਕਰਨੀ ਹੈ 100 ਰੁਪਏ 52 ਦੇ ਵਿੱਚੋਂ, ਹਾਂਜੀ ਹਾਂਜੀ ਠੀਕ ਆ। ਇਸ ਤੋਂ ਬਾਅਦ ਦੋਸਤੋ ਇੱਕ ਅੱਗੇ ਜਿਹੜੀ 2 ਨੰਬਰ ਤੇ ਆਪਾਂ ਤੁਹਾਨੂੰ ਵੈੜ ਦਿਖਾਉਣੀ ਆ, ਤੇ ਤਕਰੀਬਨ ਸ਼ਾਹੀਵਾਲ ਕ੍ਰੋਸਿੰਗ ਦੇ ਵਿੱਚ ਆ, ਤੇ ਵੈੜ ਚੰਗੀ ਦਿਖਦੀ ਪਈ ਆ। ਬਾਕੀ ਇਹਦੀ ਵੀਰ ਅਮਰਤ ਕੀ ਡਿਟੇਲ ਆ ਵੀਰ? ਵੀਰ ਜੀ ਇਹ ਤੀਸਰੇ ਲਈ ਸੂਣਾ ਨੇ, ਹਾਂਜੀ, ਤੇ ਆਂਦੇ ਦੂਜੇ ਸੂਏ 18 ਕਿਲੋ ਦੁੱਧ ਚੋਇਆ ਹੈ ਦੂਜੇ, ਠੀਕ ਆ, ਹਾਂਜੀ ਹਾਂਜੀ। ਹਵਾਨਾ ਜਿਹੜਾ ਦੋਸਤੋ ਕਾਫੀ ਸੋਹਣਾ, ਠੀਕ ਆ, ਬਿਲਕੁਲ ਤਿਆਰੀ ਦੇ ਵਿੱਚ ਆ। ਤੇ ਦਿਨ ਹਜੇ ਪਤਾ ਕਿ ਤਕਰੀਬਨ ਕਿੰਨਾ ਕੁ ਦਿਨ ਨਹੀਂ ਸੁਣਦੀ ਹਜੇ ਜੀ? ਉਹ ਤੇ ਆਂਦੇ ਦੱਸ ਦੇਣਾ ਮੈਂ, ਕਿਉਂਕਿ ਤੁਹਾਨੂੰ ਪਤਾ 2-4 ਦਿਨ ਪਹਿਲਾਂ ਸੂ ਸਾਦੀ ਡੰਗਰ ਉਧਰ ਕੇ, ਬਿਲਕੁਲ ਸਹੀ ਹੈ ਨਾ, ਬਿਲਕੁਲ ਸਫ਼ਰ ਦਾ ਵੀ ਹੋ ਸਕਦਾ, ਹਾਂਜੀ ਹਾਂਜੀ, ਖੜੀ ਰਵੇ ਤੇ ਇੱਥੇ ਮੰਨ ਲਓ ਵੀ 2-4 ਦਿਨ ਖੜੀ ਰਵੇ ਸਮਾਂ ਲੈ ਕੇ ਵੀ ਜਾ ਸਕਦੀ, ਤੇ ਜੇ ਕੋਈ ਸਫ਼ਰ 'ਚ ਜਾਵੇ ਤਾਂ ਸਤਾ ਜਾਂਦੇ ਨਾਲ ਸੂਪ, ਹਾਂ ਸਹੀ ਹੈ ਬਿਲਕੁਲ। ਤੇ ਬਾਕੀ ਮੂੰਹ ਮੱਥਾ ਫੇਸ ਆ ਜਿਹੜਾ ਦੋਸਤੋ, ਉਹ ਜ਼ਰੂਰ ਤੁਸੀਂ ਵੇਖ ਲਓ, ਠੀਕ ਆ। ਆਹ ਫੇਸ ਦੀ ਕੁਆਲਿਟੀ 'ਚ ਇੱਕ ਵਾਰੀ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਮੈਂ ਤੁਹਾਨੂੰ ਫਿਰ ਚੈੱਕ ਕਰਾਉਣਾ, ਆਹ ਥਣ ਦੇਖੋ ਜੀ, ਠੀਕ ਆਹ ਵੇਖੋ ਮੋਟੇ ਥਣ ਆ ਦੋਸਤੋ, ਮੋਟੇ ਗੁੱਲ ਥਣ ਨੇ, ਮੁੱਠੀ ਜਿਹਾ ਆਉਣ ਵਾਲਾ ਥਣ ਆ, ਕੋਈ ਏਡਾ ਨਹੀਂ ਹੈਗਾ ਵੀ ਛੋਟਾ ਜਿਹਾ ਥਣ ਲੱਗਾ ਹੈਗਾ ਬੈਡ ਨੂੰ, ਮੋਟੇ ਥਣ ਨੇ। ਬਾਕੀ ਚਵਾਈ ਸੋਹਣੀ ਕਰਾ ਦੂਗੀ ਬੈਡ, ਬਿਲਕੁਲ ਦੁੱਧਾਂ ਜਿਹੜਾ ਮੱਝ ਦੇ ਦੁੱਧ ਦੇ ਬਰਾਬਰ ਆਪਾਂ ਕਹਿ ਲਈਏ ਨਾ, ਇਹ ਤਾਂ ਦੁੱਧ ਵੀ ਹੁੰਦਾ ਤੇ ਫੈਟ ਵੀ ਹੁੰਦੀ, ਹਾਂਜੀ ਹਾਂਜੀ। ਤੇ ਅਮਰਤ ਭਾਈ ਲੈ ਦੇ ਕਿੰਨਾ ਕੁ ਵੀਰ ਇਹਦਾ? ਵੀਰ ਜੀ ਮੁੱਲ ਜੋ ਮਰਜ਼ੀ ਕਰੀਏ, 50 ਵੀ ਕਰ ਲਈਏ, 45 ਵੀ ਕਰ ਲਈਏ, 40,000 ਦੀ ਦੇਣੀ ਆ, 40,000 ਦੀ, ਹਾਂਜੀ। ਬਾਕੀ ਚਿੱਪਣ ਬਿਲਕੁਲ ਓਕੇ ਆ, ਐ ਤਿੱਪਣ ਭੋਲੀ ਰੂ ਵਾਂਗੂ, ਬਿਲਕੁਲ ਛਿੱਟਾ ਵੀ ਨਹੀਂ ਹੈਗਾ। ਹੁਣ ਤਾਂ ਫਿਰ ਹੁਣ ਤਾਂ ਦੁੱਧ ਆ ਗਿਆ ਹੋਊਗਾ, ਹਾਂਜੀ ਹਾਂਜੀ ਦੁੱਧ ਆ, ਸ਼ਾਇਦ ਨਹੀਂ ਹੋਣਾ, ਹਾਂਜੀ ਹਾਂਜੀ, ਹੁਣ ਤਾਂ ਦੁੱਧ ਹੋਊਗਾ ਥਣਾ। ਇਹਨੂੰ ਖੋਲ ਵੀ ਦਿਖਾਈਏ, ਵੈੜ ਚੰਗੀ ਆ ਦੋਸਤੋ। ਤੇ ਸੂਆ ਦੂਜਾ ਕਿ ਤੀਜਾ ਜੀ? ਤੀਸਰੇ ਲਈ ਸੁਣਾ, ਤੀਸਰੇ ਲਈ ਸੁਣਾ, ਠੀਕ ਆ, ਤੀਜੇ ਸੂਬੇ ਲਈ ਸੁਣਾ ਦੋਸਤੋ, ਕਹਿ ਗਿਆ ਦੂਜੇ ਵੇਖਦੀ ਪਰ ਤੀਸਰੇ ਸੁਣਾ। ਹਾਂ ਨਹੀਂ ਫਿਰ ਮੋਸਟਲੀ ਵੀਰਾਂ ਨੇ ਜੇ ਹੋਰ ਕਿਸੇ ਤੇ ਥਾਂ ਟਕਾਣੀ ਹੁੰਦੀ ਭਾਵੇਂ ਦੂਜਾ ਵੀ ਕਹਿ ਦਿੰਦਾ, ਆਪਾਂ ਆਪਣੀ ਸਮਝ ਆ, ਪਰ ਚਲੋ ਤੁਸੀਂ ਅੱਗੋਂ ਆਪਾਂ ਨੂੰ ਘਰ ਵਾਲਿਆਂ ਨੇ ਕਿਹਾ ਦੂਜਾ, ਤੁਸੀਂ ਤੀਜਾ ਮੰਨ ਲਿਆ, ਅਗਲੇ ਨੇ ਤੀਜਾ ਕਹਿ ਤਾ, ਆਪਾਂ ਤੀਜਾ ਹੀ ਦੱਸੀ ਗਈ ਹਨਾ। ਬਾਕੀ ਆ ਹਵਾਨਾ ਜੇ ਦੋਸਤੋ, ਥਣਾ ਤਾਂ ਉਹਨਾਂ ਦੀ ਬਿਲਕੁਲ ਚੰਗੀ ਦਿਸਦੀ ਆ, ਕੋਈ ਪੱਧਰ ਲੇਵਾ ਕੋਈ ਐ ਨਹੀਂ ਹੈਗਾ, ਕੋਈ ਸਾਈਡ ਸੂਡ ਵਾਲੀ ਕੋਈ ਕਿਸ ਤਰ੍ਹਾਂ ਦੀ ਕੋਈ ਮੁਸ਼ਕਲ ਹੋਵੇ। ਠੀਕ ਆ, ਬਾਕੀ ਪਸੰਦ ਆਊਗੀ ਵੈੜ ਤੁਹਾਨੂੰ,
ਪਸੰਦ ਆਉਣ ਤੋਂ ਪਹਿਲਾਂ ਜਿਹੜਾ ਦੋਸਤੋ ਤੁਸੀਂ ਆਪਦਾ ਤਿਪ ਕੇ ਤਸੱਲੀ ਕਰ ਲਿਓ, ਠੀਕ ਆ, ਤੇ ਤਸੱਲੀ ਹੋਣ ਤੋਂ ਬਾਅਦ ਬੇਸ਼ੱਕ ਤੁਸੀਂ ਵੀਰ ਅਮਰਤ ਦੇ ਨਾਲ ਜਿਹੜਾ ਸੌਦਾ ਕਰ ਲਿਓ। ਤੇ ਮੁੱਲ ਜਿਹੜਾ ਦੋਸਤੋ ਕੋਈ ਜ਼ਿਆਦਾ ਨੀਗਾ, 45 ਨੀ, 50 ਨੀ, 40,000 ਦੇ ਵਿੱਚੋਂ ਛੂਟ ਆ ਜੀ, ਠੀਕ ਆ। ਤੇ ਭਾਅ ਪੜਤੇ ਵਾਲੀ ਬੈਡ ਆ, ਬਾਕੀ ਦੁੱਧ ਇਹਨੇ ਚਵਾਈ ਜਾਣਾ, 15 ਤੋਂ ਪਲੱਸ ਵੀ ਚਵਾਈ ਜਾਣਾ, ਨੋਰਮਲ ਦੁੱਧ ਦੇਣਾ ਚਾਹੋਗੀ। ਜੇ 15 ਤੱਕ ਇਹਨਾਂ ਨੇ ਚਵਾਈ ਕਰਾਈ ਤੇ ਮੈਨੂੰ ਲੱਗਦਾ ਨੀ ਵੀ ਹਨਾ ਵੀ ਹੋਰ ਬੈਠ ਕਰਾਵੇ, ਠੀਕ ਆ। ਬਾਕੀ ਬਖਾਲਾ ਵੀ ਹੈਗਾ, ਬਾਕੀ ਚਵਾਈ ਵੀ ਕਰਾ ਦੂਗੀ। ਤੇ ਦੁੱਧ ਵੀ ਮੈਨੂੰ ਲੱਗਦਾ ਵੀ ਚਲੋ 15 ਬਣਾ ਮੰਨੀ, ਇੱਕ ਸਪੋਜ਼ ਕਰ ਲਓ 12-13 ਵੀ ਕਹਿ ਦਈਏ ਤੇ ਉਹ ਵੀ ਮੱਝਾਂ ਦੇ ਦੁੱਧ ਦੇ ਬਰਾਬਰ ਫੈਟ ਲੱਗਣੀ ਹੈ, ਮੱਝਾਂ ਵਾਲੀ ਆ, ਇੱਕ ਨਾਲੇ ਵੀਰ ਦੀ ਗਾੜੀ ਗਰਮੀ ਆਉਂਦੀ ਚੱਲਣੀ ਹੈ। ਬਿਲਕੁਲ ਬਿਲਕੁਲ, ਕਿਸੇ ਤਰ੍ਹਾਂ ਦਾ ਕੋਈ ਗਰਮੀ ਦਾ ਨਾ ਤੈਨੂੰ ਕੋਈ ਮਹਿਸੂਸ ਕਰਨਾ, ਇਹਨੇ ਗਰਮੀ ਵੱਧ ਪੈ ਜਾਏ ਘੱਟ, ਹੈ ਨਾ ਕੁਛ। ਹਾਂਜੀ ਹਾਂਜੀ, ਸਹੀ, ਵਧੀਆ ਬੈੜਾ। ਇਸ ਤੋਂ ਬਾਅਦ ਇੱਕ ਹੋਰ ਬੈੜ ਆ, ਇਹ ਵੀ ਕ੍ਰੋਸ ਅੰਗ ਦੇ ਵਿੱਚ HF ਦਾ ਕੋਈ ਜਰਸੀ ਦਾ ਕ੍ਰੋਸ ਹੈ, HF ਤੇ ਕੋਈ ਜਰਸੀ ਦਾ ਕ੍ਰੋਸ, ਤੀਜੇ ਨੰਬਰ ਤੇ ਆਪਾਂ ਤੁਹਾਨੂੰ ਬੈੜ ਦੋਸਤੋ ਦਿਖਾ ਰਹੇ ਹਾਂ। ਕੱਦ ਕਾਠੀ ਵੱਡਾ, HF ਦਾ ਬਿਲਕੁਲ ਜਿਹੜਾ ਇਕੁਅਲ ਕੱਦ ਹੈਗਾ, ਠੀਕ ਆ, ਜਿੱਦਾਂ ਦੀ ਆਪਾਂ HF ਦੇਖਦੇ ਹਾਂ, ਪਰ ਕ੍ਰੋਸ ਜਰਸੀ ਆ, ਠੀਕ ਆ। ਕੰਨ ਛੋਟਾ, ਮੱਥਾ ਮੁੱਥਾ ਜਿਹੜਾ ਤੁਸੀਂ ਵੇਖੋਗੇ ਮੈਂ ਤੁਹਾਨੂੰ ਫੇਸ ਪ੍ਰੋਪਰ ਦਿਖਾਊਂਗਾ, ਪਹਿਲਾਂ ਇਨਫੋਰਮੇਸ਼ਨ ਆਪਾਂ ਇਹਦੀ ਵੀਰ ਤੋਂ ਲੈ ਲੈਂਦੇ ਹਾਂ। ਅਤੇ ਅੰਮ੍ਰਿਤ ਭਾਅ ਇਹ ਕਿੰਨੇ ਕੁ ਦਿਨ ਦੇ ਬਾਕੀ ਹਜੇ? ਜੀ 10 ਦਿਨ ਲੈਂਦੇ ਸ਼ਾਇਦ ਹੁੰਦਾ ਜੀ ਥਣਾ, ਠੀਕ ਆ। ਹਜੇ ਫਿਰ 10 ਤੋਂ ਉੱਤੋਂ 12 ਵੀ ਲੈ ਕੇ ਜਾ ਸਕਦੇ? ਹਾਂ, ਇਹ 10 ਦਿਨ ਨੋਰਮਲ ਲਊਗੀ ਵੈਸੇ, ਠੀਕ ਆ। ਉੱਚੀ ਚੰਗੀ ਦਿਖਦੀ ਆ, ਕੱਦ ਕਾਠੀ ਵੀ ਸੋਹਣਾ ਤੇ ਸ਼ਰੀਰ ਵੀ ਚੰਗੀ, ਪਲੀ ਵੀ ਪੂਰੀ ਆ, ਤੇ ਬਾਕੀ ਢਿੱਲ ਢੁੱਲ ਭਾਈ ਅੰਮ੍ਰਿਤ ਆਪ ਵੀ ਤੁਸੀਂ ਮਾੜਾ ਦਿਖਾ ਦਿਓ ਭਰਾ ਵੇ, ਠੀਕ ਆ। ਢਿੱਲਾਂ ਢੁੱਲਾਂ ਦੋਸਤੋ ਕਾਫੀ ਜ਼ਿਆਦੀਆਂ ਨੇ ਤੇ ਸੁਣਦੀ ਨਹੀਂ, ਹਜੇ 12 ਦਿਨ ਵੀ ਤੁਸੀਂ ਨੋਰਮਲੀ ਮੰਨ ਕੇ ਲੈ ਕੇ ਜਾ ਸਕਦੇ, 12 ਕੁ ਦਿਨ ਸਮਾਂ ਲੈ ਜੂ, ਬਾਕੀ ਥਣ ਥੁਣ ਚੰਗਾ ਵਿਖਾਉਂਦੀ ਹੈ, ਠੀਕ ਆ। ਬਿਲਕੁਲ ਥਣ ਮੱਝਾਂ ਵਾਲਾ ਲੱਗਾ, ਠੀਕ ਆ, ਥਣ ਬੈਠ ਦੇ ਜਿਹੜਾ ਦੋਸਤੋ ਸੋਹਣਾ ਲੱਗਾ, ਠੀਕ ਆ। ਮੁੱਠੀ ਜਾਣ ਵਾਲਾ ਥਣਾ, ਮਗਰਲੇ ਤੇ ਅਗਲੇ ਥਣਾਂ ਦਾ ਗੈਪ ਅੰਤਰ ਵੀ ਪੂਰਾ, ਜ਼ਰੂਰ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਲਓ। ਠੀਕ ਆ, ਥਣ ਥੁਣ ਬੜਾ ਸੋਹਣਾ, ਅਤੇ ਆਹ ਇੱਕ ਵਾਰੀ ਫੇਸ ਦੀ ਕੁਆਲਿਟੀ ਦੇਖ ਲਓ ਜੀ, ਠੀਕ ਆ। ਆਹ ਮੂੰਹ ਮੱਥਾ ਜੇ ਬੈਠਦਾ, ਅਤੇ ਬੈਠ ਚੰਗੀ ਆ, ਬਾਕੀ ਰੇਟ ਭਾਅ ਪੜਤਾ ਆਪਾਂ ਵੀਰ ਤੋਂ ਪੁੱਛ ਲੈਂਦੇ ਹਾਂ। ਅਤੇ ਅੰਮ੍ਰਿਤ ਵੀਰ ਕਿੰਨੇ ਦੀ ਦੇਲ ਹੈ ਕਰਨੀ ਹੈ? ਵੀਰ ਜੀ ਜਿਹਦੇ ਵੱਛੀ ਤਿਆਰ ਕਰਕੇ ਵੇਚੀਏ ਫਿਰ 55 ਦੀ ਹੈ। ਹਾਂਜੀ, ਨਾ ਆਪਾਂ ਇਹਦਾ 55 ਨਾ 50 ਕਰਨਾ, 45,000 ਦੀ ਦੇਵਾਂਗੇ। 45,000 ਦੀ, ਹਾਂਜੀ, ਠੀਕ ਆ। ਖੋਲੀਏ, ਤਿੱਪਣ ਬਹੁਤ ਜ਼ਿਆਦਾ ਖੋਲੀ, ਐਂ ਵਧੀਆ ਆਈ ਹੈ, ਬਿਲਕੁਲ ਪਾਸ ਆਈ ਹੈ। ਹਾਂਜੀ ਹਾਂਜੀ, ਠੀਕ ਆ। ਬਾਕੀ ਤਿੱਪਣ ਦੋਸਤ ਇੱਕ ਨੰਬਰ ਆ ਵੀਰਾਂ ਦਾ ਵੀ, ਠੀਕ ਆ। ਬਾਕੀ ਜਿਹੜੇ ਬੰਦੇ ਦਾ ਖਾਸ ਤੌਰ 'ਤੇ ਵਪਾਰ ਦਾ ਕੰਮ ਆ, ਉਹਨੇ ਤਸੱਲੀ ਆਪਣੀ ਕਰਕੇ ਲੈ ਕੇ ਆਉਣੀ ਹੁੰਦੀ ਹੈ। ਆਹ ਵੇਖੋ ਜੀ, ਠੀਕ ਆ। ਆਹ ਵੇਲ ਬੂਲ ਦੀ ਵੀ ਕਾਫੀ ਲੰਬਾਈ ਆ, ਵੇਲ ਪੱਖੋਂ ਵੇਖੀਏ ਤਾਂ ਲੰਬੀ ਵੀ ਕਾਫੀ ਆ, ਉੱਚੀ ਵੀ ਕਾਫੀ ਆ, ਨਿੱਗਰ ਪੂਰੀ ਬੈੜ ਆ, ਹੈ ਵੀ ਵਜਨ ਵਾਲੀ ਆ, ਠੀਕ ਆ। ਕੋਈ ਲਿੱਸਾ ਪਿੱਕਾ ਪਸ਼ੂ ਨਹੀਂ ਹੈਗਾ ਆਪਾਂ ਜਿਹੜੀ ਦਿਖਾ ਰਹੇ ਤੁਹਾਨੂੰ ਬੈੜ। ਅਤੇ ਕੱਦ ਕਾਠੀ ਵੱਡਾ, ਅਤੇ ਹਵਾਨਾ ਜੇਕਰ ਦੋਸਤੋ 12 ਕੁ ਦਿਨ ਦਾ ਸਮਾਂ ਲੈ ਜਾਂਦੀ ਹੈ, ਅਤੇ ਤਕਰੀਬਨ ਲੇਵਾ ਚੰਗਾ ਸੋਹਣਾ ਖੋਲੂਗੀ ਜੀ, ਠੀਕ ਆ। ਬਾਕੀ ਤੁਸੀਂ ਵੇਖ ਲਓ ਆਪਣੀ ਜਿਹੜੀਆਂ ਅੱਖਾਂ ਰਾਹੀਂ ਸਕੈਨ ਕਰ ਲਓ, ਠੀਕ ਆ। ਆਹ ਕਰੋ ਚੈੱਕ ਜੀ, ਲਓ ਵੀ ਆਹ ਕਰੋ ਚੈੱਕ, ਠੀਕ ਆ। ਬੈਡ ਚੰਗੀ ਆ ਦੋਸਤੋ, ਇਹ ਵੀ ਬੇਸ਼ੱਕ ਤੁਸੀਂ ਖਰੀਦ ਲਿਓ। ਮੁੱਲ ਜਿਹੜਾ ਜਸਟ ਵੀਰ ਨੇ ਕੀਤਾ ਅਤੇ 45,000 ਦੇ ਵਿੱਚੋਂ ਛੋਟ ਆ ਨਾ ਜੀ? ਹਾਂਜੀ ਹਾਂਜੀ, ਠੀਕ ਆ, 45,000 ਵਿੱਚੋਂ ਛੋਟ ਆ, ਠੀਕ ਆ। ਵੱਡੀਆਂ ਬੈਡਾਂ ਵੱਡੀਆਂ ਨੇ ਅਤੇ ਮੁੱਲ ਜਿਹੜੇ ਆ ਬਿਲਕੁਲ ਜਾਇਜ਼ ਆ, ਠੀਕ ਆ। ਬਾਹਲੀ ਤੇਜ਼ੀ ਦੇ ਵਿੱਚ ਵੀ ਆ ਕੰਮ, ਪਰ ਰੇਟ ਵੀ ਜੇਕਰ ਦੇਖੀਏ ਤਾਂ ਜਾਇਜ਼ ਆ, ਨੋਰਮਲ ਰੇਟ ਆ ਵੀ, ਐਵੇਂ ਨਹੀਂ ਵੀ ਕੋਈ ਜ਼ਿਆਦਾ ਮੰਗ ਲਿਆ 55 ਕਹਿਤਾ ਵੀ 50 ਜਾਂ 60 ਕਹਿ ਲਿਆ ਵੀ, ਹੈ ਨਾ, ਵੀ ਨਾ ਵੇਚਣ ਵਾਲੀ ਗੱਲ ਜੀ ਨਹੀਂ ਹੈਗੀ ਵੀ। ਬਿਲਕੁਲ ਵੀਰ ਨੇ ਜਿਹੜਾ ਮਤਲਬ ਆਈ ਚਲਾਈਏ ਵੀ ਚਲੋ ਸੇਲ ਹੁੰਦੇ ਆ ਪਸ਼ੂ, ਫਿਰ ਇਸ ਕਿਲੇ 'ਤੇ ਨਵੇਂ ਤੁਹਾਨੂੰ ਵੇਖਣ 'ਚ ਮਿਲਣਗੇ। ਇਸ ਤੋਂ ਬਾਅਦ ਬੈੜਾ ਦੋ ਦੋਸਤੋ ਹੋਰ ਨੇ,
ਹੌਲੇ ਭਾਦੀਆਂ ਲੱਗਦੀਆਂ ਨੇ। ਬਾਕੀ ਦੁੱਧ ਵੀ ਤਕਰੀਬਨ ਜੇਕਰ ਵੇਖੀਏ ਤਾਂ ਕੋਈ 8 ਤੋਂ 10 ਲੀਟਰ ਜਿਹੜਾ ਨੋਰਮਲੀ ਚਵਾਉਣ ਦੀ ਸੰਭਾਵਨਾ। ਇਹ ਸੂਈਆਂ ਨੇ ਵੀਰ ਜੀ? ਦੋਵੇਂ ਸੂਈਆਂ, ਦੋ ਮਗਰ ਵੱਛੀ, ਨਾੜੂ ਤੇ ਵੱਛੀਆਂ ਦੋਵੇਂ। ਇਹ ਦੋਵੇਂ ਸੂਈਆਂ ਨੇ ਤੇ ਦੋ ਮਗਰ ਵੱਛੀਆਂ? ਹਾਂਜੀ ਹਾਂਜੀ। ਠੀਕ ਹੈ, ਮੈਂ ਆਖਿਆ ਵੀ ਸ਼ਾਇਦ ਦੇਹ ਲਜਾਂਦੀਆਂ ਕਰਮਾਂ ਵਾਲੀਆਂ। ਠੀਕ ਆ, ਦੋਵੇਂ ਵੱਛੀਆਂ ਤੇ ਉਸ ਤੋਂ ਆਪ ਵੀ ਵੱਛੀਆਂ ਨੇ ਤੇ ਮਗਰ ਵੀ ਵੱਛੀਆਂ ਨੇ ਇਹਨਾਂ ਵਿਹੜਾਂ ਦੇ ਬੱਚੇ ਜਿਹੜੇ। ਇੱਕ ਵਾਰੀ ਤੁਹਾਨੂੰ ਮੈਂ ਦਿਖਾ ਦੇਣਾ, ਫਿਰ ਵਿਹੜਾਂ ਲਾ ਪਾ ਜਾਵਾਂਗੇ। ਇਹ ਦੋਨੋਂ ਵਿਹੜਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਹਜੇ। ਠੀਕ ਆ, ਨਾੜੂ ਤੇ ਬੱਚਾ। ਠੀਕ ਆ ਜੀ, ਇਹ ਵੱਛੀ ਪਹਿਲੀ ਮਗਰ ਆ ਜਿਹੜੀ ਡੱਬੀ ਆ, ਜਿਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਸੈਕਿੰਡ ਨੰਬਰ ਤੇ ਜਿਹੜੀ ਲਾਸਟ ਵਾਲੀ ਵੈੜ ਦਿਖਾਵਾਂਗੇ, ਉਹਦੇ ਮਗਰ ਇੱਕੋ ਰੰਗ ਲਾਲ, ਕਾਲੀ ਵੈੜ ਦੀ ਬਿਲਕੁਲ ਇੱਕੋ ਰੰਗ ਲਾਲ ਜਿਹੜੀ ਇਹ ਵੱਛੀ ਹੈਗੀ ਆ, ਸ਼ਾਹੀਵਾਲ ਦੇ ਵਿੱਚ ਵੱਛੀ ਆ। ਠੀਕ ਆ, ਆ ਜਾਓ ਆਪਾਂ ਤੁਹਾਨੂੰ ਵੈੜਾਂ ਵੀ ਦਿਖਾ ਦਈਏ। ਤੇ ਆਹ ਵੈੜ ਆ, ਡੱਬੀ ਵੈੜ ਆ ਜਿਹਦੀ ਆਪਾਂ ਤੁਹਾਨੂੰ ਵੱਛੀ ਦਿਖਾਈ ਆ ਡੱਬੀ। ਤੇ ਬਾਈ ਅਮਰਤਾ ਬਾਈ, ਇਹ ਕੀ ਡਿਟੇਲ ਹੈ ਦੀ ਸਹੀ ਹੁਣ? ਸੂਆ ਦੂਜਾ ਕਿ ਪਹਿਲਾ? ਦੂਜਾ ਸੂਆ। ਤੇ ਕਿੰਨਾ ਮੁੱਲ ਆਪਾਂ? ਮੁੱਲ ਵੀਰ ਜੀ ਇਹਦਾ ਜੋ ਮਰਜ਼ੀ ਕਰੀਏ 20,000 ਦੀ ਆ। 20,000 ਦੀ ਆ, ਮਗਰ ਵੀ ਵੱਛੀ ਆ। ਵੱਛੀ ਕੋਈ ਅੱਗੇ ਸਾਂਭ ਲੂਗਾ, ਨਾਲ ਵੱਛੀ ਤਿਆਰ ਹੋ ਜੂਗੀ, ਨਾਲੇ ਗਰਮੀ ਰੁੱਤ ਕਢਾ ਜੂਗੀ ਦੁੱਧ ਦੀ। ਵੱਛੀ ਬਰੀਡ ਦੀ, ਮਗਰ ਵੱਛੀ 10,000 ਦੀ। ਬਿਲਕੁਲ ਭਰਾ, ਤੇ ਦਿਖਾਈਏ ਭਰਾਵਾਂ ਨੂੰ ਜੀ। ਇਹ ਵੀ ਠੰਡੀ ਧੀਰੀ ਹੈ ਬਹੁਤ ਜ਼ਿਆਦਾ। ਬਿਲਕੁਲ ਜੀ, ਠੀਕ ਹੈ। ਛੋਟੇ ਭਾਅ ਦੀ ਵੱਛੀ ਆ ਦੋਸਤੋ, ਠੀਕ ਆ, 8-7-8 ਦੇ ਦਰਮਿਆਨ ਤਾਂ ਜਿਹੜੀ ਹੁਣ ਮੌਕੇ 'ਤੇ ਜਿਹੜੀ ਚੱਲਦੀ ਪਈ ਆ। ਠੀਕ ਆ, ਦੁੱਧ ਤੁਸੀਂ 9 ਲੀਟਰ ਚੋਲੋਗੇ, 8 ਵੀ ਚੋਈ ਜਾਓਗੇ ਜਾਂ 9 ਵੀ ਆਪਦੀ ਸੇਵਾ ਕਰਕੇ ਚੋਲੋਗੇ, ਅਤੇ ਚਵਾਈ ਇਹਨੇ ਕਰਾਈ ਜਾਣੀ ਆ। ਬਾਕੀ ਖੁਰਾਕ ਦੇ ਸਿਰ 'ਤੇ ਆ, ਜਿੰਨੀ ਪਾ ਲਉਂਗੇ ਦੋਸਤੋ ਉਹਨਾਂ ਦੁੱਧ ਚਵਾ ਦੂਗੀ। ਠੀਕ ਆ, ਦਰਮਿਆਨੀ ਹਾਈਟ ਆ, ਜੇ ਰੇਟ ਦਰਮਿਆਨਾ ਤਾਂ ਦਰਮਿਆਨੀ ਹਾਈਟ ਆ। ਠੀਕ ਆ, ਭਾਅ ਵੀ ਜਿਹੜਾ ਬਿਲਕੁਲ ਜਾਇਜ਼ ਆ, ਅਤੇ ਆਪ ਵੀ ਵੱਛੀ ਆ, ਅਤੇ ਤਕਰੀਬਨ ਇਹਦੇ ਮਗਰ ਵੀ ਜਿਹੜਾ ਬੱਚਾ ਉਹ ਵੀ ਵੱਛੀ ਹੈ। ਠੀਕ ਆ, ਬਸ ਜਿਹੜਾ ਦੋਸਤੋ 20,000 ਦੇ ਵਿੱਚ ਆ। ਠੀਕ ਆ, ਪ੍ਰਾਈਜ਼ 20,000 ਆ। ਇਸ ਤੋਂ ਸੈਕਿੰਡ ਨੰਬਰ ਜਿਹੜੀ ਵੈੜ ਆ ਉਹ ਵੀ ਆਪਾਂ ਵੀਰ ਤੋਂ ਪੁੱਛ ਲੈਂਦੇ ਹਾਂ। ਅਤੇ ਅਗਲੀ ਵੈੜ ਦੀ ਵੀਰ ਜੀ ਕੀ ਡਿਟੇਲ ਇਸ ਕਾਲੀ ਵੈੜ ਦੀ? ਵੀਰ ਜੀ ਇਹਨੂੰ 10 ਦਿਨ ਹੋ ਗਏ ਸੂਈ ਜੀ ਅੱਜ। ਹਾਂਜੀ ਹਾਂਜੀ, ਠੀਕ ਆ, 10 ਕੁ ਦਿਨ ਦਾ ਸਮਾਂ ਹੋ ਗਿਆ ਜਿਹੜੀ ਦੋਸਤੋ ਇਹ ਵੱਛੀ ਆ। ਅਤੇ ਸੂਆ ਪਹਿਲਾਂ ਨਹੀਂ ਆ ਜੀ? ਹਾਂਜੀ ਹਾਂਜੀ, ਠੀਕ ਆ। ਤੇ ਮੂੰਹ ਫਿਰ ਦੋਂਦੀ ਚੌਕੀ ਹੋਵੇਗੀ ਇਹ? ਨਹੀਂ ਜੀ, ਇਹ ਜਵਾਨ ਆ, ਮੈਂ ਖਾਤਾ ਨੂੰ ਬਣ ਕੇ ਥੋੜੀ ਪੱਕ ਕੇ ਸੂਆ ਨਾ ਬਣੀ ਆ। ਠੀਕ ਆ, ਤੇ ਸੂਈ ਆ ਮਗਰ ਵੱਛੀ ਆ, ਤੇ ਦਿਨ 10 ਕੀ ਹੋ ਗਏ ਆ? ਸੱਤ ਕਿਲੋ ਜਿਹੜਾ ਦੋਸਤੋ ਇਸ ਵੈੜ ਦੇ ਥੱਲੇ ਵੀ ਦੁੱਧ ਹੈਗਾ। ਠੀਕ ਆ, ਤੇ ਥਣ ਬੇਸ਼ੱਕ ਥੋੜਾ ਜਿਹਾ ਬਰੀਕ ਆ ਕਿਉਂਕਿ ਥੋੜਾ ਜਿਹਾ ਪੱਕ ਕੇ ਜਿਹੜੀ ਵੈੜ ਬਣੀ ਆ, ਤੇ ਚਵਾਈ ਵੀਰਾਂ ਦਾ ਵੀ ਵਧੀਆ ਕਰਮ ਸੀ। ਠੀਕ ਆ, ਚਵਾਈ ਹੋ ਜਾਂਦੀ ਹੈ ਤਕਰੀਬਨ। ਬਾਕੀ ਬੱਚਾ ਮਗਰ ਵੱਛੀ ਹੈ ਜਿਹੜੀ ਆਪਾਂ ਤੁਹਾਨੂੰ ਬਰਾਊਨ ਵੱਛੀ ਦਿਖਾਈ ਸੀਗੀ ਉਹ ਇਹਦੇ ਮਗਰ ਆ। ਠੀਕ ਆ, ਅਤੇ ਹੁਣ ਜਿਹੜਾ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਿਓ, 11 ਕੁ ਵਜੇ ਦਾ ਜਿਹੜਾ ਦੋਸਤੋ ਕਰੈਕਟ ਜਿਹੜਾ ਸਮਾਂ ਹੈਗਾ। ਸੁਬਹਾ ਜਿਹੜੀਆਂ ਚਵਾਈਆਂ ਚੋਈਆਂ ਨੇ ਘੱਟੋ ਘੱਟ ਵੀ 4-5-5-6 ਵਜੇ ਜਿਹੜੀ ਚਵਾਈ ਹੈ ਨੋਰਮਲੀ ਹੋਈ ਹੈ ਪਸ਼ੂਆਂ ਦੀ। ਕਿੰਨੇ ਕੁ ਵਜੇ ਹੋਈ ਜੀ?
ਸਾਡੇ ਕੋ 5 ਵਜੇ ਹੋਈ ਆ, ਠੀਕ ਆ। ਤੇ ਇਹਦਾ ਵੀ ਕਾਲੀ ਬੈਡ ਦਾ ਫਿਰ ਕੀ ਮੁੱਲ ਕਰਦੇ? ਮੁੱਲ ਵੀ ਜਿਹੜਾ ਜੋ ਮਰਜ਼ੀ ਕਰੀਏ 22,000 ਦੇ ਦਵਾਂ। 22,000 ਦੇ? ਚਲੋ ਮਗਰ ਵੀ ਬੱਚੀਆਂ ਨੇ। ਹਾਂਜੀ ਹਾਂਜੀ, ਕੋਈ ਵੀਰ ਦੁੱਧ ਵੀ ਪੀਲੂਗਾ, ਨਾਲ ਬੱਚੇ ਨਾਲ ਬੱਚੀਆਂ ਵੀ ਸਾਂਭ ਲੂ ਚਾਹ ਦੇ ਨਾਲ। ਨਹੀਂ ਵੀਰ ਜੀ, ਦੁੱਧ 10 ਕਿਲੋ ਕਰਨ ਵਾਲੀਆਂ ਸਾਂਭਣ ਵਾਲੀਆਂ ਉਸੇ ਘਰੋਂ ਆਈਆਂ, ਵੇਖੋ ਠੰਡੀਆਂ ਧੀਰੀਆਂ ਉਹ ਜਿਹੀਆਂ ਸ਼ੂਕਰਾਂ ਨੀ। ਹਾਂ, 4 ਦਿਨ ਸਾਂਭ ਕੇ ਦੁੱਧ 10 ਕਿਲੋ ਕਰ ਜਾਣਾ ਦੋਨੋਂ। ਬਿਲਕੁਲ। ਤੇ ਅਮਰਤ ਭਾਈ, ਇਸ ਤੋਂ ਬਾਅਦ ਇੱਕ ਮਾਲੀ ਵੀ ਵਗਾਊਗਾ। ਇਹ ਦੋਂਦਾ ਚੌਕ ਦੇ ਦੰਦ ਚੁੱਕਣ ਦਿਆ। ਹਾਂ, ਮਾਲੀ ਕੱਦ ਘਾਟੀ ਦਾ ਚੰਗਾ ਹਨਾ, ਕੱਟਾ ਬਹੁਤ ਚੰਗਾ। ਇਹ ਦੂਜੇ ਬੰਨੇ ਵਾਲੇ ਮੰਗਦੇ ਆ, ਆਪਾਂ ਸ਼ੌਂਕ ਤੌਰ ਤੇ ਲਿਆ, ਚਲੋ ਮੈਂ ਜਾਨ ਬਚੂ ਜਰੀ ਨਸਲ ਨੂਸ ਲੈ ਗਈ। ਹਾਂਜੀ, ਕੱਟਾ ਦੋਸਤੋ ਚੰਗਾ, ਵੱਡੇ ਕੱਦ ਕੱਟ ਦੇ ਵਿੱਚ ਸੋਹਣਾ ਕੱਦ ਕਾਠੀ ਆ। ਦੋਂਦਾ ਦੋਂਦਾ ਇਹਦੇ ਚੌਕ ਦੇ ਦੰਦ ਚੁੱਕਣ ਦਿਆ, ਉਹ ਖਾ ਦਿੰਦੇ ਚੁੱਕਣ ਦਿਆ, ਠੀਕ ਆ। ਤੇ ਮੂੰਹੋਂ ਦੋਂਦਾ ਦੋਸਤੋ, ਚੌਕ ਦੇ ਦੰਦ ਹਜੇ ਚੁੱਕਦਾ ਪਿਆ, ਬਰਾਬਰ ਨਹੀਂ ਕੀਤੇ ਸੀਗੇ। ਹਾਂਜੀ, ਆਹ ਚੌਕ ਦੇ ਜਿਹੜੇ ਦੋਸਤੋ ਦੰਦ ਬਰਾਬਰ ਨਹੀਂ ਕੀਤੇ ਗੇ, ਠੀਕ ਆ। ਦੋਂਦਾ ਚੌਕ ਦੇ ਦੰਦ ਬਰਾਬਰ ਨਹੀਂ ਕੀਤੇ, ਠੀਕ ਹੈ। ਤੇ ਮਾਲੀ ਚੰਗਾ, ਅੱਗੇ ਕਿਸੇ ਵੀਰ ਨੇ ਖਾਸ ਤੌਰ ਤੇ ਰੇੜੀ ਵੀ ਲੱਗਾ, ਫਿਰ ਰੇੜੇ ਲੱਗਾ ਤੇ ਜੰਪ ਚੁੰਪ ਲਾਉਂਦਾ ਫਿਰ ਕੇ, ਅੱਗੇ ਨਾ ਕ੍ਰੋਸ ਵੀ ਕਰਦਾ, ਠੀਕ ਆ। ਤੇ ਬਿਲਕੁਲ ਸਟੇਟ ਟੈਸਟੀਕਲ ਨੇ, ਪੂਛੋ ਲੰਡਾ ਬੇਸ਼ੱਕ ਤੁਸੀਂ ਵੇਖ ਸਕਦੇ ਹੋ, ਕੋਈ ਕਾਰਨ ਬਣ ਸਕਦਾ ਕਈ ਵਾਰ 100 ਬਚਪਨ ਦੇ ਵਿੱਚ ਉਸ ਤੋਂ ਵਾਧਾ ਘਾਟਾ ਹੋ ਗਿਆ, ਪੂਛ ਕਿਤੋਂ ਲੰਡੀ ਆ। ਬਾਕੀ ਮਾਲੀ ਪਿੱਠ ਪੁੱਠੇ ਦਾ ਚੰਗਾ ਤੇ ਉਚਾਈ ਲੰਬਾਈ ਪੂਰੀ ਹੈਗੀ ਆ। ਆ ਕਰੋ ਚੈੱਕ, ਉਵੇਂ ਹੀ ਠੰਡਾ ਬੜਾ। ਠੰਡਾ ਬਹੁਤ ਜ਼ਿਆਦਾ ਘਟਾ, ਨਹੀਂ ਮਾਰਨ ਵਾਲਾ ਕੋਈ। ਬਾਕੀ ਕੱਦ ਕਾਠੀ ਜਿਹੜਾ ਪੂਰਾ ਹੈਗਾ, ਠੀਕ ਆ ਜੀ, ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ। ਮਾਲੀ ਚੰਗਾ, ਅੱਗੇ ਜੇਕਰ ਕਿਸੇ ਖਾਸ ਵੀਰ ਨੇ ਰੇੜੀ ਵਾਸਤੇ ਤੁਸੀਂ ਮਾਲੀ ਲੱਭਣ ਦੀ ਕੋਸ਼ਿਸ਼ ਕਰਦੇ ਹੋ, ਅੱਗੇ ਜੰਪ ਵੀ ਲਾਉਂਦਾ, ਰੇੜੀ ਵੀ ਆ, ਦੋਨੋਂ ਜਿਹੜੇ ਕੰਮ ਆ ਦੋਸਤੋ ਹੋ ਜੂਗਾ, ਠੀਕ ਆ। ਕਈ ਵਾਰ ਹੁੰਦਾ ਵੀ ਮਾਲੀ ਰੇੜੀ ਨਹੀਂ ਲੱਗਾ ਹੁੰਦਾ ਗਾ ਅਤੇ ਜੰਪ ਵੀ ਲਾਉਂਦਾ, ਅੱਗੇ ਮੱਝਾਂ ਵੀ ਦੋਸਤੋ ਕਰਦਾ ਹੈਗਾ, ਕਿਸੇ ਵੀਰ ਨੇ ਅੱਗੇ ਬਿਲਕੁਲ ਮੱਝਾਂ ਦੇ ਵਿੱਚ ਰੱਖਣਾ, ਉਹਨਾਂ ਦੇ ਲਈ ਵੀ ਜਿਹੜਾ ਬਹੁਤ ਵਧੀਆ ਹੈਗਾ ਸੌਦਾ। ਅਤੇ ਤਕਰੀਬਨ ਇਹਦਾ ਅੰਮ੍ਰਿਤ ਭਾਅ ਕਿੰਨਾ ਕੁ ਮੁੱਲ ਹੈ? ਮੁੱਲ ਵੀਰ ਜੀ ਤੁਹਾਨੂੰ ਪਤਾ, ਇਹ 2 ਨੰਬਰ ਵਾਲੇ 45,000 ਰੁਪਇਆ ਲਾਉਂਦੇ ਆ, ਪਰ ਆਪਾਂ ਦੇਣਾ ਨਹੀਂ ਆ, ਇਹ 43,000 ਦਾ ਦੇ ਦਾਂਗੇ, ਜੇ ਉਹ ਬੰਨੇ ਵੇਚੇ 45 ਦਾ ਵਿਕਦਾ ਹੈ, ਠੀਕ ਹੈ ਜੀ। ਹਾਂਜੀ ਹਾਂਜੀ, ਠੀਕ ਹੈ। ਬਾਕੀ ਹੈ ਬਲੈਕ ਆ ਬਿਲਕੁਲ। ਤੇ ਕੋਈ ਮਦਰ ਮੁਦਰ ਦਾ ਕਿਸੇ ਪਰਿਵਾਰ ਵਿੱਚੋਂ ਆਇਆ ਤੇ ਪੁੱਛਿਆ ਗਿਆ ਕੋਈ ਮਾਂ ਮੂੰਹ ਦਾ ਕੋਈ ਰਿਕਾਰਡ ਜੀ? ਬਹੁਤ ਚੰਗੀ ਹੈ ਕੱਟ, ਜਿਹਦੀ ਮਾਂ ਇਹਦੀ 14-15 ਕਿਲੋ ਨੋਰਮਲ ਦੁੱਧ ਦਿੰਦੀ ਰਹੀ। ਹਾਂਜੀ, ਠੀਕ ਹੈ ਬਈ, ਠੀਕ ਹੈ। ਚੰਗਾ ਭਰਾਇਆ, ਬਲੈਕ ਨਹੀਂ ਹੈਗਾ ਜੀ, ਪੇਟ ਪੂਰਾ ਦੱਸ ਦਿਆ ਵੀ ਜੀ ਤੁਹਾਨੂੰ, ਇਹਦੇ ਚੰਗੇ ਸੀਮਨ ਦਾ ਮਾਲੀ ਆ। ਹਾਂਜੀ ਹਾਂਜੀ, ਠੀਕ ਹੈ। ਲਓ ਵੀ ਦੋਸਤੋ, ਇਹ ਮਾਲੀ ਵੀ ਤੁਸੀਂ ਖਰੀਦ ਸਕਦੇ ਜੇ ਵਿਕਾਊਗਾ, ਠੀਕ ਆ। ਕਿਸੇ ਵੀਰ ਨੇ ਖਾਸ ਤੌਰ 'ਤੇ ਘਰ ਰੱਖਣ ਲਈ ਖਰੀਦਣਾ, ਜ਼ਰੂਰ ਤੁਸੀਂ ਵੀਰ ਦੇ ਨਾਲ ਸੰਪਰਕ ਕਰ ਲਿਓ। ਅਤੇ ਅੰਮ੍ਰਿਤ ਵੀਰ ਕੀ ਮੋਬਾਈਲ ਨੰਬਰ ਹੈਗੇ? ਆਪਣਾ ਵੀਰ ਜੀ ਨੰਬਰ ਹੈ 84464-5689-2429-29, ਦੋਵੇਂ ਨੰਬਰ 'ਤੇ ਵਟਸਐਪ ਚੱਲਦਾ, ਠੀਕ ਹੈ ਜੀ। ਹਾਂਜੀ ਹਾਂਜੀ, ਸੋ ਦੋਸਤੋ ਇਹ ਸੀ ਵੀਰ ਅੰਮ੍ਰਿਤ, ਠੀਕ ਹੈ ਜੀ। ਪਸ਼ੂ ਵਪਾਰ ਦਾ ਕੰਮ ਆ ਵੀਰ ਦਾ, ਪਿੰਡ ਘੜਕਾ। ਹਾਂਜੀ, ਅਤੇ ਚੰਬਾ ਬਿਲਕੁਲ ਨਜ਼ਦੀਕ ਹੈ, ਚੋਹਲਾ ਸਾਹਿਬ ਪੱਖੂਪੁਰਾ ਬਿਲਕੁਲ ਨਾਲ ਲੱਗਦੇ ਪਿੰਡ ਆ। ਖਾਸ ਵਿਜਿਟ ਕਰਕੇ ਤਸੱਲੀ ਕਰ ਲਿਓ, ਜਿੰਨੇ ਵੀ ਆਪਾਂ ਐਨੀਮਲ ਤੁਹਾਨੂੰ ਦਿਖਾਏ ਆ, ਉਸ ਤੋਂ ਬਾਅਦ ਬੇਸ਼ੱਕ ਤੁਸੀਂ ਆ ਸੌਦਾ ਕਰ ਲਿਓ। ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ, ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।